Welcome to YouTube channel Jass Collection. ਅੱਜ ਤੁਹਾਨੂੰ ਦੱਸਾਂਗੇ ਸਿੰਪਲ ਟੌਪ ਦੀ ਸਟਿਚਿੰਗ ਕਿੱਦਾਂ ਕੀਤੀ ਜਾਂਦੀ ਹੈ। ਇਹਦੀ ਆਪਾਂ ਕਟਿੰਗ ਦੀ ਵੀਡੀਓ ਪਹਿਲਾਂ ਪਾ ਚੁੱਕੇ ਹਾਂ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ। ਚਲੋ ਹੁਣ ਆਪਾਂ ਸਟਿਚਿੰਗ ਕਰਦੇ ਹਾਂ। ਆਪਾਂ ਬਾਅਦ ਨਹੀਂ ਫੋਲਡਿੰਗ ਕਰਾਂਗੇ। ਬਾਂਹ ਦੀ ਫੋਲਡਿੰਗ ਕਰਨ ਤੋਂ ਬਾਅਦ ਫਿਰ ਆਪਾਂ ਨੈੱਕ ਦੀ ਕਟਿੰਗ ਕਰਾਂਗੇ। ਅਟੈਚ ਕਰਨ ਲਈ ਜੋ ਆਪਣਾ ਟੌਪ ਦਾ ਕੱਪੜਾ ਉਹ ਆਪਾਂ ਸਿੱਧਾ ਰੱਖਾਂਗੇ ਔਰ ਜਿਹੜਾ ਆਪਾਂ ਨੈੱਕ ਬਣਾਇਆ ਉਹ ਉਲਟਾ ਰੱਖਾਂਗੇ। ਤਾਂ ਇੱਦਾਂ ਆਪਾਂ ਨੈੱਕ ਦੀ ਸਿਲਾਈ ਲਗਾ ਲਵਾਂਗੇ।
ਉਹਦੇ ਹੀ ਆਪਾਂ ਬੈਕ ਨੈਕ ਲਗਾ ਲਾਂਗੇ। ਨੈਕ ਤਿਆਰ ਹੋਣ ਤੋਂ ਬਾਅਦ ਫਿਰ ਆਪਾਂ ਮੋਢੇ ਅਟੈਚ ਕਰਾਂਗੇ ਇੱਕ ਦੂਜੇ ਨਾਲ। ਹੁਣ ਆਪਾਂ ਜਿਹੜੀ 10 ਇੰਚ ਦਾ ਕੱਪੜਾ ਕੱਟਿਆ ਹੋਇਆ ਸੀ ਉਹਦੀ ਆਪਾਂ ਫਰਿਲ ਤਿਆਰ ਕਰਾਂਗੇ। ਪਹਿਲਾਂ 1 ਇੰਚ ਦੀ ਆਪਾਂ ਫੋਲਡਿੰਗ ਕਰ ਲਾਂਗੇ, ਦੋਨੋਂ ਸਾਈਡ ਆਪਾਂ ਸਿਲਾਈਆਂ ਲਗਾ ਕੇ 1 ਇੰਚ ਦੀ ਆਪਾਂ ਨੀਚੇ ਫੋਲਡਿੰਗ ਕਰ ਲਾਂਗੇ। ਬਣੇ ਦੇ ਅਕੋਰਡਿੰਗ ਜਿਹੜੇ ਦੋਨੋਂ ਇੱਕੋ ਜਿਹੇ ਕੱਪੜੇ ਕੱਟੇ ਸੀਗੇ 10 ਇੰਚ ਲੈਂਥ ਵਾਲੇ ਤਾਂ ਉਹਨਾਂ ਨੂੰ ਜੋੜ ਲਾਂਗੇ। ਜੋੜਨ ਤੋਂ ਬਾਅਦ ਆਪਾਂ ਉਹਦੀ ਜਿਹੜੀ ਆ ਮਤਲਬ ਕਿ ਫੋਲਡਿੰਗ ਕਰਾਂਗੇ ਹਲਕੀ ਹਲਕੀ 1 ਇੰਚ ਦੀ। ਉਸ ਤੋਂ ਬਾਅਦ ਆਪਾਂ ਉਹਦੇ 'ਚ ਵਲ ਪਾਵਾਂਗੇ। ਇਹ ਵਲ ਜਿਹੜੇ ਪਾਉਣੇ ਆਪਾਂ ਮੋਟੇ ਵੱਖੇ ਦੇ ਨਾਲ ਆਪਾਂ ਸਿਲਾਈ ਲਗਾ ਕੇ ਧਾਗਾ ਖਿੱਚਾਂਗੇ, ਉਸ ਅਕੋਰਡਿੰਗ ਆਪਣੇ ਵਲ ਪੈ ਜਾਣਗੇ। ਆਪਾਂ ਸਿਲਾਈ ਲਾ ਲੈਣੀ ਆ, ਫਿਰ ਆਪਾਂ ਇਹਦਾ ਧਾਗਾ ਖਿੱਚਾਂਗੇ। ਜਿੰਨੀ ਕੁ ਆਪਾਂ ਜ਼ਰੂਰਤ ਆ ਉਨੇ ਕੁ ਆਪਾਂ ਵਲ ਪਾ ਲਾਂਗੇ। ਜਿਹੜੇ ਵਲ ਪਾਉਣੇ ਆਪਾਂ ਉਹ ਨਾ ਧਾਗਾ ਖਿੱਚੋ ਕਿ ਆਪਣੇ ਜਿਹੜੇ ਹਿੱਪ ਦਾ ਸਾਈਜ਼ ਆ ਉਹਦੇ ਬਰਾਬਰ ਆ ਜਾਵੇ। ਆਪਾਂ ਟੋਪ ਦੀ ਫਿਟਿੰਗ ਦੇ ਲਾਂਗੇ, ਜਿੰਨੀ ਵੀ ਆਪਣੀ ਫਿਟਿੰਗ ਆ ਛਾਤੀ ਕਮਰ ਅਤੇ ਹਿੱਪ ਦੀ ਆਪਾਂ ਸਿਲਾਈ ਲਗਾ ਲਾਂਗੇ। ਇਹ ਸਿੰਪਲ ਜਿਹਾ ਲੂਜ਼ ਜਿਹਾ ਟੋਪ ਹੈ, ਇਸ ਲਈ ਕੋਈ ਜ਼ਿਆਦਾ ਫਿਟਿੰਗ ਦੀ ਸਿਲਾਈ ਹੈ ਨਹੀਂ, ਸਿੰਪਲ ਜਿਹੀ ਸਿਲਾਈ ਲਗਾਉਣੀ ਆ। ਸਿਲਾਈ ਲਗਾਉਣ ਤੋਂ ਬਾਅਦ ਫਿਰ ਆਪਾਂ ਇਹਦੀ ਫ੍ਰਿਲ ਅਟੈਚ ਕਰਾਂਗੇ। ਹੁਣ ਆਪਣੀ ਫ੍ਰਿਲ ਤਿਆਰ ਬਣ ਕੇ ਇਹਨੂੰ ਆਪਾਂ ਟੋਪ ਦੇ ਨਾਲ ਅਟੈਚ ਕਰ ਲਾਂਗੇ।
ਫਰਿੱਲ ਨੂੰ ਆਪਾਂ ਸਿੱਧਾ ਰੱਖਣਾ ਅਤੇ ਟੋਪ ਨੂੰ ਆਪਾਂ ਉਲਟਾ ਰੱਖਣਾ ਵਾ। ਫਿਰ ਉਹਦੇ ਵਿੱਚ ਆਪਾਂ ਫਰਿੱਲ ਅੰਦਰ ਐਡ ਕਰਕੇ ਉਸ ਤੋਂ ਬਾਅਦ ਆਪਾਂ ਦੋਨਾਂ ਨੂੰ ਸਿਲਾਈ ਲਗਾ ਦੇਣੀ ਹੈ। ਫਰਿੱਲ ਅਟੈਚ ਕਰਨ ਤੋਂ ਬਾਅਦ ਫਿਰ ਆਪਾਂ ਬਾਹਾਂ ਦੀ ਸਿਲਾਈ ਲਗਾਵਾਂਗੇ। ਆਪਾਂ ਬਾਹਾਂ ਅਟੈਚ ਕਰਾਂਗੇ ਟੋਪ ਦੇ ਨਾਲ, ਅਤੇ ਇੱਦਾਂ ਆਪਣਾ ਸਿੰਪਲ ਟੋਪ ਬਣ ਕੇ ਰੈਡੀ ਹੋ ਜਾਏਗਾ। ਆਪਣੀ ਫਰਿੱਲ ਅਟੈਚ ਹੋ ਗਈ ਹੈ ਅਤੇ ਆਪਾਂ ਬਾਹਾਂ ਅਟੈਚ ਕਰਾਂਗੇ ਇਹਦੇ ਨਾਲ। ਪਹਿਲਾਂ ਬਾਹਾਂ ਦੀ ਫਿਟਿੰਗ ਦੀ ਸਿਲਾਈ ਲਗਾ ਲਓ, ਜਿੰਨੀ ਵੀ ਆਪਣੀ ਬਾਂਹ ਇਹਦੀ 7.5 ਇੰਚ ਹੈ ਤਾਂ ਆਪਾਂ 7.5 ਇੰਚ 'ਤੇ ਨਿਸ਼ਾਨ ਲਗਾਵਾਂਗੇ। ਉਸ ਤੋਂ ਬਾਅਦ ਜਿੰਨਾ ਵੀ ਆਪਣਾ ਮੋਢਾ ਉਹਦਾ ਨਿਸ਼ਾਨ ਲਗਾ ਕੇ ਆਪਾਂ ਸਿਲਾਈ ਪੂਰੀ ਕਰਾਂਗੇ। ਆਪਾਂ ਪਹਿਲਾਂ ਬਾਹਾਂ ਦੀ ਕਾਟ ਪਾਈ ਨਹੀਂ ਸੀ, ਕਈ ਵਾਰ ਆਪਣੀਆਂ ਬਾਹਾਂ ਉਲਟ ਲੱਗ ਜਾਂਦੀਆਂ ਨੇ, ਕਨਫਿਊਜ਼ਨ ਨਾ ਹੋਵੇ ਇਸ ਕਰਕੇ ਅਸੀਂ ਬਾਹਾਂ ਦੀ ਕਾਟ ਥੋੜ੍ਹੀ ਜਿਹੀ ਹਲਕੀ ਬਾਅਦ ਵਿੱਚ ਪਾ ਰਹੇ ਹਾਂ। ਤੁਸੀਂ ਇੱਕ ਇੱਕ ਬਾਂਹ ਕਰਕੇ ਵੀ ਕਾਟ ਪਾ ਸਕਦੇ ਹੋ। ਇਕੱਠੀਆਂ ਪਾਉਣ ਨਾਲ ਕਈ ਵਾਰ ਆਪਣੀ ਕਨਫਿਊਜ਼ਨ ਹੋ ਜਾਂਦੀ ਹੈ ਅਤੇ ਬਾਂਹ ਉਲਟ ਵੀ ਲੱਗ ਜਾਂਦੀ ਹੈ ਜਾਂ ਸਹੀ ਨਹੀਂ ਆਉਂਦੀ ਜਾਂ ਇੱਕੋ ਪਾਸੇ ਕਾਟ ਆ ਜਾਂਦੀ ਹੈ, ਤਾਂ ਇਸ ਲਈ ਸਿੰਗਲ ਸਿੰਗਲ ਕਰਕੇ ਵੀ ਕਾਟ ਪਾ ਸਕਦੇ ਹੋ। ਇੱਦਾਂ ਹੀ ਆਪਾਂ ਬਾਹਾਂ ਅਟੈਚ ਕਰ ਲਾਂਗੇ। ਬਾਹਾਂ ਅਟੈਚ ਕਰਨ ਤੋਂ ਬਾਅਦ ਆਪਣਾ ਟੋਪ ਰੈਡੀ ਹੋ ਜਾਏਗਾ। ਅਗਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗਿਆ।